ਅਕੀਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਅੱਜ ਦਾ ਕੀ ਪਲਾਨ ਹੈ? ਅੱਜ ਅਸੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਯਾਦ ਦੇ ਵਿੱਚ ਖੂਨਦਾਨ ਕੈਂਪ ਵਾਸਤੇ ਆਏ ਹਾਂ ਜੀ ਇੱਥੇ। ਤੇ ਪ੍ਰਧਾਨ ਸਾਹਿਬ ਜੀ ਨੇ, ਗਿੱਲ ਸਾਹਿਬ ਜੀ ਨੇ, ਸਾਡੇ ਨੈਸ਼ਨਲ ਚੇਅਰਮੈਨ ਸਰ ਅਮਰਿੰਦਰ ਸਿੰਘ, ਸੰਦੀਪ ਗੁਪਤਾ ਸਰ ਨੈਸ਼ਨਲ ਕਨਵੀਨੀਅਰ ਨੇ, ਨਵੀਂ ਆਲੂਵਾਲੀਆ ਵੀ ਆ। ਤੇ ਜੋ ਆਜ਼ਾਦੀ ਅੱਜ ਅਸੀਂ ਸਾਰੇ ਮਾਣ ਰਹੇ ਹਾਂ, ਯੂਥ ਮਾਣ ਰਹੇ ਹਾਂ, ਇਹ ਸ਼ਹੀਦੇ ਆਜ਼ਮ ਭਗਤ ਸਿੰਘ ਉਹਨਾਂ ਦੀ ਦਿੱਤੀ ਹੋਈ ਦੇਣ ਸੀ। ਸੋ ਅਸੀਂ ਉਹਨਾਂ ਲਈ ਦੇਣ ਦੇ ਉੱਤੇ, ਉਹਨਾਂ ਦੇ ਸੋਚ ਦੇ ਉੱਤੇ ਅੱਜ ਅਸੀਂ ਖੂਨਦਾਨ ਕੈਂਪ ਕਰਨ ਵਾਸਤੇ ਸਾਰੀ ਟੀਮ, ਉਫਾ ਦੀ ਟੀਮ ਆਈ।